ਇਹਦਾ ਟੈਸਟ ਨਾ ਕਰਾਓ। ਮੈਂ ਸਭ ਨੂੰ ਕਹਿ ਰਿਹਾ ਕੋਈ ਟੈਸਟ ਨਾ ਕਰਾਓ, ਇਹਨਾਂ ਦਾ ਵਿਰੋਧ ਕਰੋ। ਇਹ ਗਲਤ ਰਿਪੋਰਟਾਂ ਕੱਢ ਰਹੇ ਨੇ, ਇਹਨਾਂ ਦਾ ਵਿਰੋਧ ਕਰੋ, ਵੱਧ ਤੋਂ ਵੱਧ ਸਾਰੇ ਵਿਰੋਧ ਕਰੋ, ਸ਼ੇਅਰ ਕਰੋ ਸਾਰੇ ਜਣੇ ਵੀਡੀਓ। ਅੱਜ ਜਿਹੜਾ ਅਸੀਂ ਕਰੋਸ ਟੈਸਟ ਕਰਾਇਆ ਸੀਗਾ ਉਹਦੀ ਪਟਿਆਲਾ ਸਿਵਲ ਹਸਪੀਟਲ ਚੋਂ ਰਿਪੋਰਟ ਆਈ ਹੈ ਨੈਗੇਟਿਵ। ਸਾਨੂੰ ਮੇਰੇ ਘਰੇ ਮੇਰੀ ਦਾਦੀ ਦੀ ਡੈਥ ਹੋਈ ਵੀ ਹੈ, ਮੈਂ ਆਪਣੇ ਫੁੱਲਾਂ 'ਤੇ ਨਹੀਂ ਜਾ ਸਕਿਆ, ਤੁਹਾਨੂੰ ਕਿਆ ਦੱਸਾਂ ਮੈਂ ਕਿੰਨੀ ਪ੍ਰੋਬਲਮ ਦੇ ਵਿੱਚ ਹੈ। ਸਾਗਰ ਫਤਿਹਗੜ੍ਹ ਸਾਹਿਬ ਤੋਂ ਬਸੀ ਪਠਾਣਾ ਹੋਸਪਿਟਲ ਤੋਂ ਸਾਡੇ ਜਿਹੜੇ ਟੈਸਟ ਹੋਏ ਸੀਗੇ ਕਰੋਨਾ ਦੇ, 24 ਤਰੀਕ ਨੂੰ ਜਿਹੜੇ ਸਾਡੇ ਟੈਸਟ ਹੋਏ ਸੀਗੇ ਅਤੇ ਅਸੀਂ ਕਰੋਨਾ ਪੋਜ਼ਿਟਿਵ ਇਹਨਾਂ ਨੇ ਕੱਢੇ ਸੀਗੇ, ਸਾਡੀ ਜਿਹੜੀ ਰਿਪੋਰਟ ਆ ਬਹੁਤ ਲਟਕ ਕੇ ਆਈ ਸੀਗੀ। 24 ਤਰੀਕ ਨੂੰ ਸਾਡੇ ਟੈਸਟ ਲਏ ਗਏ ਸੀਗੇ, ਸੈਂਪਲ ਲਏ ਗਏ ਸੀਗੇ ਅਤੇ ਸਾਡੀ ਜਿਹੜੀ ਰਿਪੋਰਟ ਕਰੋਨਾ ਪੋਜ਼ਿਟਿਵ ਆਈ ਸੀਗੀ। ਅਤੇ ਇਕਾਂਤਵਾਸ ਦਾ ਜਿਹੜਾ ਬੋਰਡ ਹੈ ਸਾਡੇ ਘਰ ਦੇ ਬਾਹਰ ਪਿੱਛੇ ਲਾ ਦਿੱਤਾ ਗਿਆ ਸੀਗਾ ਵੀ ਇਹ ਪੋਜ਼ਿਟਿਵ ਨੇ, ਇਹਨਾਂ ਨੂੰ ਸਾਈਡ 'ਤੇ ਰੱਖੋ। ਅਤੇ ਬਹੁਤ ਜ਼ਿਆਦਾ ਰਿਕੁਐਸਟ ਕੀਤੀ ਮੈਨੇ ਡਾਕਟਰ ਸਾਹਿਬ ਨੂੰ ਵੀ, ਸਰ ਮੈਨੂੰ ਤਾਂ ਕੋਈ ਪ੍ਰੋਬਲਮ ਹੈ ਨਹੀਂ ਕਿਸੇ ਤਰ੍ਹਾਂ ਦੀ, ਨਾ ਕੋਈ ਸਾਹ ਦੀ ਪ੍ਰੋਬਲਮ, ਨਾ ਬੁਖਾਰ ਦੀ ਪ੍ਰੋਬਲਮ, ਵੀ ਇਹਦੇ ਸਿਮਟਮ ਕੀ ਹੁੰਦੇ ਆ ਮੈਨੂੰ ਦੱਸਿਆ ਜਾਵੇ ਕਿ ਮੈਂ ਕਿਸ ਚੀਜ਼ ਦੀ ਦਵਾਈ ਲਵਾਂ। ਮੇਰੇ ਮਨ ਦੇ ਵਿੱਚ ਡਾਊਟ ਸੀਗਾ ਅਤੇ ਡਾਊਟ ਕਲੀਅਰ ਕਰਨ ਵਾਸਤੇ ਮੈਨੇ ਜੋ ਹੈ ਕਰੋਸ ਟੈਸਟ ਕਰਾਇਆ ਆਪਣਾ ਪਟਿਆਲਾ ਸਿਵਲ ਹੋਸਪਿਟਲ ਤੋਂ ਮੇਰਾ ਕਰੋਸ ਟੈਸਟ ਹੋਇਆ ਅਤੇ ਉਸਦੇ ਵਿੱਚ ਜਿਹੜੀ ਮੇਰੀ ਰਿਪੋਰਟ ਆਈ ਹੈ ਉਹ ਨੈਗੇਟਿਵ ਆਈ ਹੈ। ਇਹ ਕੀ ਹੋ ਰਿਹਾ ਇਹ ਮੈਨੂੰ ਸਮਝ ਨਹੀਂ ਆ ਰਿਹਾ। ਵੀਡੀਓ ਨੂੰ ਵੀਰੇ ਵੱਧ ਤੋਂ ਵੱਧ ਸ਼ੇਅਰ ਕਰੋ। ਜੇ ਦੁਕਾਨਦਾਰ ਭਰਾ ਅੱਜ ਨਹੀਂ ਇਕੱਠੇ ਹੋਊਂਗੇ ਤਾਂ ਕਿਸ ਦਿਨ ਇਕੱਠੇ ਹੋਊਂਗੇ? ਮੇਰੀ ਦੁਕਾਨ ਨੂੰ 7 ਦਿਨ ਹੋ ਗਏ ਬੰਦ ਪਈ ਨੂੰ, ਮੇਰਾ ਇੰਨਾ ਜ਼ਿਆਦਾ ਲਾਸ ਹੋਇਆ ਹੋਇਆ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਹੈਗਾ ਸਾਰਿਆਂ ਨੂੰ। ਜਿੰਨੇ ਦੁਕਾਨਦਾਰ ਨੇ, ਜਿੰਨੇ ਕੰਮਕਾਰ ਵਾਲੇ ਬੰਦੇ ਨੇ, ਜਿਹੜੇ ਡੇਲੀ ਕਮਾਉਣ ਵਾਲੇ ਅਤੇ ਡੇਲੀ ਖਾਣ ਵਾਲੇ ਆ ਨਾ, ਉਹ ਵੱਧ ਤੋਂ ਵੱਧ ਇਹ ਵੀਡੀਓ ਸ਼ੇਅਰ ਕਰੋ। ਇਹਦਾ ਟੈਸਟ ਨਾ ਕਰਾਓ, ਮੈਂ ਸਭ ਨੂੰ ਕਹਿ ਰਿਹਾ ਕੋਈ ਟੈਸਟ ਨਾ ਕਰਾਓ, ਇਹਨਾਂ ਦਾ ਵਿਰੋਧ ਕਰੋ। ਇਹ ਗਲਤ ਰਿਪੋਰਟਾਂ ਕੱਢ ਰਹੇ ਨੇ, ਇਹਨਾਂ ਦਾ ਵਿਰੋਧ ਕਰੋ, ਵੱਧ ਤੋਂ ਵੱਧ ਸਾਰੇ ਵਿਰੋਧ ਕਰੋ, ਸ਼ੇਅਰ ਕਰੋ ਸਾਰੇ ਜਣੇ ਵੀਡੀਓ। ਇਹ ਵੀਡੀਓ ਉੱਪਰ ਤੱਕ ਕੈਪਟਨ ਸਾਹਿਬ ਤੱਕ ਜਾਣੀ ਚਾਹੀਦੀ ਹੈ, ਉਹਨਾਂ ਨੂੰ ਪਤਾ ਲੱਗੇ ਵੀ ਇਹ ਟੈਸਟ ਸਾਲਿਆਂ ਨੂੰ ਕਰਨੇ ਨਹੀਂ ਆਉਂਦੇ। ਮੇਰਾ ਦਿਮਾਗ ਖਰਾਬ ਹੋ ਰਿਹਾ, ਮੈਂ ਕੁਛ ਕਰ ਜਾਣਾ ਨਹੀਂ ਤਾਂ। ਬਿਲਕੁਲ, ਇਹ ਮੁਲਕ ਆਪਣਾ ਇੱਕ ਇਹੋ ਜਿਹਾ ਮੁਲਕ ਹੈ ਜਿੱਥੇ ਸੱਚ ਬੋਲਣਾ ਪਾਪ ਹੈ, ਪਾਪ ਹੈ। ਅਸੀਂ ਸੱਚ ਨਾਲ ਖੜਦੇ ਹਾਂ ਤਾਂ ਸਾਡੇ ਨਾਲ ਇੰਨਾ ਮਾੜਾ ਕਰਿਆ, ਸਾਡੇ ਨਾਲ ਮਾੜਾ ਕਰਿਆ, ਸਾਡਾ ਕੰਮਕਾਰ ਜਿਹੜਾ ਸਾਰਾ ਬੰਦ ਕਰਵਾ ਦਿੱਤਾ, ਅਸੀਂ ਵਿਹਲੇ ਬਿਠਾ ਦਿੱਤੇ, ਪਰ ਸਾਡੀ ਜਿਹੜੀ ਰਿਪੋਰਟਾਂ ਉਹ ਨੈਗੇਟਿਵ ਕਿੱਦਾਂ ਆ ਗਈਆਂ, ਸਾਨੂੰ ਇਹ ਜਵਾਬ ਚਾਹੀਦਾ ਪ੍ਰਸ਼ਾਸਨ ਤੋਂ। ਅਸੀਂ ਜੋ ਹੈ ਇੱਥੇ ਧਰਨੇ ਲਾਵਾਂਗੇ ਅਤੇ ਅਸੀਂ ਮੀਡੀਆ ਇਕੱਠੀ ਕਰਾਂਗੇ, ਸਾਨੂੰ ਇਸ ਚੀਜ਼ ਦਾ ਜਵਾਬ ਚਾਹੀਦਾ, ਅਸੀਂ ਕੋਰਟ ਦੇ ਵਿੱਚ ਜਾਵਾਂਗੇ ਇਸ ਚੀਜ਼ ਨੂੰ ਲੈ ਕੇ। ਵੀਰੇ 24 ਤਰੀਕ ਨੂੰ ਸਾਡੇ ਟੈਸਟ ਹੋਏ, 25 ਤਰੀਕ ਨੂੰ ਮੇਰੀ ਦਾਦੀ ਪੂਰੀ ਹੋ ਗਈ, ਮੈਂ ਆਪਣੀ ਦਾਦੀ ਦੇ ਸੰਸਕਾਰ ਤੇ ਵੀ ਜਾਣ ਦੇ ਵਿੱਚ ਹਚਕ ਜਾਂਦੇ ਤੇ ਲੋਕ ਸਾਡੇ ਤੋਂ, ਸਾਡੇ ਬਾਹਰ ਆ ਪੋਸਟਰ ਲੱਗਿਆ ਹੋਇਆ ਸੀਗਾ, COVID-19 ਦਾ ਪੋਸਟਰ ਲੱਗਿਆ ਹੋਇਆ ਸੀਗਾ ਜੀ, ਸਾਡੇ ਕੋਲ ਆਉਣ ਤੋਂ ਲੋਕ ਡਰਦੇ ਸੀ। ਅਤੇ ਮੈਂ ਬੇਨਤੀ ਕਰਾਂਗਾ ਸਾਰਿਆਂ ਨੂੰ ਕਿ ਇਹ ਜਿਹੜੀ ਚੋਰ ਬਜ਼ਾਰੀ ਚੱਲ ਰਹੀ ਹੈ ਬੰਦ ਹੋਣੀ ਚਾਹੀਦੀ ਹੈ, ਅਤੇ ਜਿਹੜੀ ਇਹ ਗਲਤ ਰਿਪੋਰਟਾਂ ਨਿਕਲ ਰਹੀਆਂ ਬੰਦ ਹੋਣੀਆਂ ਚਾਹੀਦੀਆਂ। ਮੇਰੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਅਤੇ ਤਾਂ ਕਿ ਪ੍ਰਸ਼ਾਸਨ ਨੂੰ ਪਤਾ ਲੱਗ ਸਕੇ ਕਿ ਜਿਹੜੀ ਗਲਤ ਰਿਪੋਰਟਾਂ ਕੱਢਣੀਆਂ ਇਹ ਬਹੁਤ ਮਾੜੀ ਗੱਲ ਹੁੰਦੀ ਹੈ, ਸਾਡੇ ਨਾਲ ਆਪਸੀ ਰੰਜਿਸ਼ ਕੱਢੀ ਗਈ ਹੈ, ਇਹ ਸਾਨੂੰ ਪਤਾ ਹੈ, ਸਾਨੂੰ 101% ਸ਼ੋਰ ਹੈ ਵੀ ਸਾਡੇ ਨਾਲ ਆਪਸੀ ਰੰਜਿਸ਼ ਜੋ ਹੈ ਉਹ ਕੱਢੀ ਗਈ ਹੈ, ਕਿਉਂਕਿ ਪਹਿਲੇ ਦਿਨ ਤੋਂ ਹੀ ਸਾਨੂੰ ਨਾ ਕੋਈ ਪ੍ਰੋਬਲਮ, ਨਾ ਕੋਈ ਸਾਹ ਦੀ, ਨਾ ਕੋਈ ਖੰਘ ਦੀ, ਕਾਫੀ ਟਾਈਮ ਤੋਂ ਤੁਹਾਡੇ ਨਾਲ ਗੱਲਾਂ ਚੱਲ ਰਹੀਆਂ। ਤੁਸੀਂ ਦੱਸ ਦਿਓ ਚਾਹੁੰਦੇ ਹੋ ਮੈਂ ਕਿੰਨੇ ਕਿਲੋਮੀਟਰ ਦੀ ਰਨਿੰਗ ਕਰਾਂ, ਬੋਲੋ। ਰੋਜ਼ ਅਸੀਂ ਰਨਿੰਗ, ਮੈਂ ਸਾਈਕਲ ਚਲਾਵਾਂ, ਬੋਲੋ। ਰੋਜ਼ ਰਨਿੰਗ ਲਾਨੇ ਆ, ਰੋਜ਼ ਅਸੀਂ ਐਕਸਰਸਾਈਜ਼ ਕਰਦੇ, ਸਾਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਹੈ। ਪਹਿਲੇ ਦਿਨ ਤੋਂ ਹੀ ਅਸੀਂ ਕਹਿ ਰਹੇ ਸੀਗੇ ਵੀ ਸਾਨੂੰ ਲੱਗਦਾ ਨਹੀਂ ਹੈ ਵੀ ਸਾਨੂੰ ਕੋਈ ਪ੍ਰੋਬਲਮ ਹੈ, ਪਰ ਸਾਡੇ ਜਿਹੜੇ ਟੈਸਟ ਆ ਉਹ ਪੋਜ਼ਿਟਿਵ ਕਿੱਦਾਂ ਆ ਗਏ, ਸਾਡਾ ਆਪਸੀ ਰੰਜਿਸ਼ ਕੱਢੀ ਗਈ ਹੈ। ਤੁਹਾਨੂੰ ਵੀ ਅਸੀਂ ਬੇਨਤੀ ਕਰਾਂਗੇ ਜੀ, ਤੁਸੀਂ ਆਪਣਾ ਟੈਸਟ ਨਾ ਕਰਾਓ। ਇਹ ਜਿਹੜਾ ਹੈ ਇਹ ਸਰਕਾਰਾਂ ਜਿਹੜੀਆਂ ਇਹਨਾਂ ਨੇ ਲੁੱਟਣ ਦਾ ਜੋ ਹੈ ਉਹ ਇੱਕ ਆਪਣਾ ਬਣਾਇਆ ਹੋਇਆ, ਜ਼ਰੀਆ ਬਣਾਇਆ ਹੋਇਆ, ਇਹਨਾਂ ਤੋਂ ਬਚੋ ਅਤੇ ਮੇਰੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ। ਧੰਨਵਾਦ ਜੀ।